ਤੇ ਅਸੀਂ ਆਪਣੀ ਗੱਲ ਸ਼ੁਰੂ ਕਰਦੇ ਹਾਂ। ਪਹਿਲਾਂ ਜਿਹੜਾ ਅਸੀਂ ਆਹ ਬੋਲਿਆ ਨਾ ਤਿੰਨੇ ਜਣਿਆਂ ਨੇ ਇਕੱਠਾ, ਇਹਦਾ ਨਾਂ ਹੈ ਮੰਗਲਾਚਰਨ। ਇਹ ਕੋਈ ਵੀ ਕਵੀ ਆਪਣੀ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਾਚਰਨ ਕਰਦਾ ਹੈ। ਅਸੀਂ ਗਾਉਣ ਵਾਲੇ ਆਪਣੇ ਅਖਾੜਾ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਹਾਂ, ਆਪਣਾ ਦਿਮਾਗ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਹਾਂ। ਤੇ ਇਹ ਇਮੇਜ ਮੈਂ ਹੁਣ ਤੁਹਾਡੀ ਕਿਰਪਾ ਹੈ, ਜਿਹੜੇ ਤੁਹਾਡੇ ਵਰਗੇ ਗੁਰਮੁਖ ਪਰਿਵਾਰ ਨੂੰ ਵਿਆਹਾਂ 'ਚ ਸਾਨੂੰ ਸਾਦੇ ਰਹਿੰਦੇ। ਅਸੀਂ ਵਿਆਹ 'ਚ ਕਿਸੇ ਦੇ ਗਾ ਰਹੇ ਸੀ ਤੇ ਇੱਕ ਮਾਈ ਦੀ ਸਿਆਣਪ ਦੀ ਗੱਲ ਕਰਦੇ ਹਾਂ। ਉਹਨੇ ਨਾ ਘੰਟਾ ਡੇਢ ਘੰਟਾ ਕਵਿਸ਼ਰੀ ਸੁਣੀ ਤੇ ਡੇਢ ਘੰਟੇ ਤੋਂ 100 ਦਾ ਨੋਟ ਲੈ ਕੇ ਆਈ, ਆਦੀ ਵੇ ਪੁੱਤ ਆਹ ਕਵਿਤਾਵਾਂ ਤਾਂ ਸੁਣ ਗਿਆ ਸਾਰੀਆਂ ਚੰਗੀਆਂ। ਜਿਹੜਾ ਪਹਿਲਾਂ ਸੰਦ ਲਾਇਆ ਸੀ ਨਾ, ਤਿੰਨਾਂ ਨੇ ਸੰਦ ਲਾਇਆ ਸੀ, ਤੁਸੀਂ ਉਹ ਲਾਓ। ਮੈਂ ਕਿਹਾ ਬੇਬੇ ਸੰਦ ਨੀ ਹੁੰਦਾ, ਛੰਦ ਹੁੰਦੇ ਨੇ, ਕਵਿਸ਼ਰੀ ਦੇ ਛੰਦ ਹੁੰਦੇ ਨੇ, ਚੱਚੇ ਉੱਤੇ ਕਿੱਪੀ ਦੱਦਾ। ਚਲੋ ਉਹ ਬੇਬੇ ਇੱਧਰ ਵੀ ਸੀ ਧੂਰੀ ਬਣੀ ਦੀ, ਉੱਧਰ ਇਵੇਂ ਜਿਵੇਂ ਬੋਲਦੇ ਨੇ, ਮੁੰਡਿਆਂ ਨੇ ਗਾਇਆ ਸੰਡ ਕੜਤੀ ਜਮਾ ਸੰਡ ਐਂ ਬੋਲਦੇ ਨੇ। ਚਲੋ ਉਹ ਬੇਬੇ ਉੱਧਰ ਵੀ ਸੀ ਤੇ ਅਸੀਂ ਉਹਦੀ ਗੱਲ ਮੰਨ ਲਈ ਵੀ ਠੀਕ ਹੈ ਬੇਬੇ ਜੀ, ਤੁਹਾਨੂੰ ਉਹ ਚੰਗਾ ਲੱਗਿਆ ਜਿਹੜਾ ਪਹਿਲਾਂ ਅਸੀਂ ਗਾਇਆ ਸੀ? ਕਹਿੰਦੀ ਹਾਂ। ਅਸੀਂ ਆਖਿਆ ਹੁਣ ਘੰਟਾ ਹੋ ਗਿਆ ਸਾਨੂੰ, ਗੁੜ ਘੰਟਾ ਗਾਈ ਜਾਂਦੇ ਨੂੰ ਕਿਹੜਾ ਚੰਗਾ ਲੱਗਿਆ? ਮਾੜਾ ਜਿਹਾ ਇੱਕ ਲਾਈਨ ਦੱਸੋਗੇ ਜਾਂ ਇੱਕ ਸ਼ਬਦ ਬੋਲ ਦਿਓ, ਇੱਕ ਅੱਖਰ ਹੀ ਦੱਸ ਦਿਓ, ਸਾਡਾ ਕੰਪਿਊਟਰ ਤਾਂ ਉਹਦੀ ਚੱਕ ਲੂਗਾ, ਤੇ ਤੁਸੀਂ ਦੱਸੋ। ਬੇਬੇ ਆਖੇ ਨਾ ਪੁੱਤ ਮੈਂ ਅਨਪੜ੍ਹ ਹੋ, ਨਾ ਤਾਂ ਮੇਰੇ ਲਾਈਨ ਯਾਦ ਹੈ, ਨਾ ਕੋਈ ਮੇਰੇ ਸ਼ਬਦ ਯਾਦ ਹੈ, ਨਾ ਮੇਰੇ ਕੋਈ ਅੱਖਰ ਵੀ ਨਹੀਂ ਯਾਦ ਆ। ਮੈਂ ਕਿਹਾ ਬਤਾ ਹੁਣ ਸਾਨੂੰ ਕੀ ਪਤਾ ਲੱਗੇ ਵੀ ਤੁਹਾਨੂੰ ਕਿਹੜਾ ਬਿੱਟ ਆਇਆ? ਉਹ ਅਸੀਂ ਇਹਨਾਂ ਨੂੰ ਤਾਂ ਗਾਈ ਜਾਣਦੇ, ਤੂੰ ਇੱਧਰ ਆ ਜਾ ਮੈਂ ਤੈਨੂੰ ਦੱਸ ਦਿੰਦੀ ਹਾਂ। ਮੈਂ ਕਿਹਾ ਇੱਥੇ ਹੀ ਦੱਸ ਦਿਆਂ ਵੀ ਨਾ, ਇੱਥੇ ਤਾਂ ਮੁੰਡਿਆਂ ਦਾ ਭਾਪਾ ਬੈਠਾ, ਮੈਨੂੰ ਸੰਗ ਲੱਗਦੀ ਹੈ ਇੱਧਰ। ਬਈ ਉਹ ਪਰੇ ਲੈ ਗਈ ਬੇਬੇ ਟੈਂਟ ਦੇ ਪਰਲੇ ਪਾਸੇ, ਫਿਰ ਉਹਨੇ ਦੱਸਣ ਦਾ ਢੰਗ ਦੇਖੋ। ਆਦੀ ਪੁੱਤ ਮੇਰੇ ਲਾਈਨ ਨੀ ਯਾਦ, ਅੱਖਰ ਨੀ ਯਾਦ, ਸ਼ਬਦ ਨੀ ਯਾਦ, ਪਰ ਤੁਸੀਂ ਤਿੰਨੇ ਐਂ ਜੇ ਗਾਉਂਦੇ ਸੀ, ਐਂ ਵੀ ਕਰੇ ਬੇਬੇ। ਮੈਂ ਕਿਹਾ ਹਾਂ 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 ਬੇਬੇ ਯਾਦ ਆ ਗਿਆ, ਤੈਨੂੰ ਮੰਗਲਾਚਰਨ ਵਧੀਆ ਲੱਗਿਆ ਹੈਨਾ। ਆਦੀ ਮੁੜ ਕੇ ਤੂੰ ਲਾਈਆਂ ਕਰੀ ਗਾ, ਇਹ ਗਾਈ ਗਏ, ਜਦੋਂ ਇਹ ਹਟ ਜਾ ਕਰੇ ਲੱਗ ਜਾ ਕਰੇ, ਜਦੋਂ ਇਹ ਹਟ ਜਾ ਕਰੇ ਲੱਗ ਜਾ ਕਰੇ, ਜਦੋਂ ਦੋਨੇ ਹਟ ਜਾਣ ਤੂੰ ਲੱਗ ਜਾ ਕਰੇ। ਫਿਰ ਮੁੜ ਕੇ ਤਾਂ ਉਸ ਵੇਲੇ ਤੁਸੀਂ ਗਾਏ ਹੀ ਨੀ। ਮੈਂ ਕਿਹਾ ਮੁੜ ਕੇ ਅਸੀਂ ਗਾਉਂਦੇ ਨੀ, ਉਹ ਕਿਹੜਾ ਹੀ ਗਾਉਣਾ ਉਹਨੇ ਜੁਲੂ ਚ, ਉਹ ਗਲੇ ਇੱਕੋ ਜੇ ਕਰਦੇ ਹਾਂ। ਹਾਂਜੀ ਫਿਰ ਸੁਣਾ ਦਿਓ। ਫਿਰ ਉਹਨੇ ਇੱਕ ਪਹਿਰਾ ਸੀ ਹੋਰ ਇਹਦਾ ਸੁਣਾ ਦਿਆ, ਉਹਨੂੰ ਕਵਿੱਤ ਕਹਿੰਦੇ ਆ ਤੇ ਮੰਗਲਾ ਕਰਨ ਕਹਿੰਦੇ ਆ। ਐਜੂਕੇਸ਼ਨ ਸਾਰਾ ਹੀ ਸਮਾਗ ਸਾਰਾ